ਇੱਕ ਸਵਾਲ ਪੁੱਛਣਾ ਸੀਗਾ ਕਿ ਤੁਸੀਂ ਪੱਠੇ ਵੱਢ ਲੈਂਦੇ ਹੋ? ਜਦੋਂ ਪੱਠੇ ਵੱਢਣ ਦਾ ਟਾਈਮ ਸੀ ਮੈਂ ਪੱਠੇ ਵੱਢ ਲੈਂਦਾ ਸੀ, ਧਾਰਾਂ ਚੋਣ ਦਾ ਟਾਈਮ ਸੀ ਧਾਰਾਂ ਵਿੱਚ ਉਲਾਉਂਦਾ ਸੀ, ਟਰੈਕਟਰ ਚਲਾਉਣ ਦਾ ਟਾਈਮ ਸੀ ਟਰੈਕਟਰ ਵੀ ਚਲਾਉਣ ਆਉਂਦਾ ਸੀ, ਹੁਣ ਮੈਂ ਸਕੂਲ ਚਲਾਉਣਾ ਮੈਨੂੰ ਸਕੂਲ ਚਲਾਉਣਾ ਵੀ ਆਉਂਦਾ ਕਿ ਯਾਰ ਮੈਂ ਤਾਂ ਪਰਾਲੀ ਢੋਂਦਾ ਹੁੰਦਾ ਸੀ ਪੇਪਰ ਮਿਲਣ ਤੋਂ ਕਿਉਂਕਿ ਮੈਂ ਹੈਗਾ ਸਾਫ ਦਿਲ ਬੰਦਾ, ਜੋ ਮੇਰੇ ਦਿਲ ਵਿੱਚ ਉਹੀ ਮੇਰੀ ਜ਼ਬਾਨ 'ਤੇ ਆ, ਤਾਂ ਮੈਂ ਝੂਠ ਬੋਲਦਾ ਨਹੀਂ, ਇਸ ਕਰਕੇ ਮੈਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ ਵੀ ਮੈਂ ਗੁਰਪ੍ਰੀਤ ਨੂੰ ਕੀ ਕਿਹਾ ਸੀ, ਫਲਾਣੇ ਚੈਨਲ ਨੂੰ ਕੀ ਕਿਹਾ ਸੀ, ਮੈਨੂੰ ਚੇਤਾ ਰੱਖਣ ਦੀ ਲੋੜ ਨਹੀਂ ਹੈਗੀ, ਮੈਂ ਬੜਾ ਬੇਬਾਕ ਹੋ ਕੇ ਬੋਲਦਾ। ਸਾਡੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਅਸੀਂ 1000 ਰੁਪਈਆ ਦੇਵਾਂਗੇ, ਦੂਸਰੀ ਪਾਰਟੀ ਆਉਂਦੀ ਕਹਿੰਦੀ ਅਸੀਂ 2000 ਦੇਵਾਂਗੇ, ਇਹ ਜਿਹੜੀ ਫਰੀ ਦਾ ਚੱਕਰ ਚੱਲਿਆ ਪਿਆ ਤੁਹਾਡੇ ਲਈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਹੀ ਹੈ? ਆਮ ਆਦਮੀ ਪਾਰਟੀ ਕੁਛ ਵੀ ਫਰੀ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਜੇਕਰ ਦੇਖਿਆ ਜਾਵੇ ਤਾਂ ਦਿੱਲੀ ਮਾਡਲ ਜਿਹੜਾ ਉਹਦਾ ਬੜਾ ਪ੍ਰਚਾਰ ਕਰਦੀ, ਕੀ ਲੱਗਦਾ ਕਿ ਪੰਜਾਬ ਵਿੱਚ ਵੀ ਇਹ ਲਾਗੂ ਹੋ ਜਾਊਗਾ? ਦੇਖੋ ਜੇ ਕੰਮ ਹੀ ਕੋਈ ਨਹੀਂ ਕਰਦਾ ਮਾਡਲ, ਤੁਸੀਂ ਅਮਰੀਕਾ ਮਾਡਲ ਰੱਖ ਦੋ ਨਾ, ਉਹਦਾ ਕੀ ਫਰਕ ਪੈਂਦਾ? ਮੇਰੀ ਗੱਲ ਰਿਕਾਰਡ ਕਰ ਰਹੇ ਹੋ ਤੁਸੀਂ, ਇੱਕ ਵਾਰੀ ਗਲੀ ਪੁੱਟ ਲਈ, ਤਾਰ ਪਾ ਦਿੱਤੀ ਉੱਚੀ ਕਰਤੀ, ਫਿਰ ਨੀਵੀਂ ਕਰ ਲਈ, ਫਿਰ ਨਾਲੀ ਨੀਵੀਂ ਹੋ ਗਈ, ਫਿਰ ਗਲੀ ਉੱਚੀ ਕਰਤੀ। ਅੱਛੇ ਗੌਰਮੈਂਟ ਸਕੂਲ ਹੋਣੇ ਚਾਹੀਦੇ ਨੇ ਜਿੱਥੇ ਲੋਕਾਂ ਦੇ ਬੱਚੇ ਫਰੀ ਪੜ੍ਹ ਸਕਣ। ਫਰੀ ਐਜੂਕੇਸ਼ਨ ਦੀ ਗੱਲ ਕੀਤੀ, ਤੁਸੀਂ ਆਪ ਖੁਦ 2 ਸਕੂਲ ਚਲਾ ਰਹੇ ਹੋ, ਮੁਕੇਰੀਆ ਹਲਕੇ ਲਈ ਬੜੇ ਲੰਬੇ ਸਮੇਂ ਤੋਂ ਮੰਗ ਹੈ ਇੱਕ ਸਰਕਾਰੀ ਕਾਲਜ ਦੀ, ਪੜ੍ਹਾਈ ਵਾਸਤੇ ਬੱਚਿਆਂ ਨੂੰ ਜਾਂ ਤਾਂ ਟਾਂਡੇ ਕਾਲਜ ਜਾਣਾ ਪੈਂਦਾ। ਉਹ ਕਿਉਂ ਲਾਵੇ? ਉਹ ਇਸ ਕਰਕੇ ਲਾਵੇ, ਨਾਲੇ ਤੋਂ 1000 ਕਰੋੜ ਰੁਪਇਆ ਖਰਚੇ, ਨਾਲੇ ਇਹਨਾਂ ਨੂੰ ਰਿਸ਼ਵਤ ਦੇਵੇ, ਨਾਲੇ ਇਹਨਾਂ ਦੇ ਮਗਰ ਮਗਰ ਘੁੰਮੇ, ਨਾਲੇ ਇਹਨਾਂ ਦੇ ਤਲਵੇ ਚੱਟੇ, ਨਾਲੇ ਇਹਨਾਂ ਨੂੰ ਕਮਿਸ਼ਨ ਦੇਵੇ, ਕਿਉਂ ਲਾਵੇ? ਉਹਨੂੰ ਕੀ ਲੋੜ ਹੈ? ਉਹ ਕਹੇਗਾ ਮੁਲਤਾਨੀ ਸਾਹਿਬ ਇੱਥੇ ਇੰਡਸਟਰੀ ਕੋਲ ਲਾਵਾਂ, ਪਹਿਲਾਂ ਤੁਸੀਂ ਪੈਸੇ ਮੰਗਣੇ ਆ, ਸਮਝ ਗਏ ਮੇਰੀ ਗੱਲ? ਉਹ ਕਹਿੰਦੇ ਉੱਥੇ ਹੀ ਚੰਗੇ, ਇੱਥੇ ਆ ਕੇ ਕੀ ਕਰਨਾ? ਕਿ ਇੱਕ ਤੁਹਾਡੇ ਬਾਰੇ ਨਾ ਅਫਵਾਹ ਬਹੁਤ ਫੈਲਦੀ ਆ, ਕਹਿੰਦੇ ਜਿਹੜੇ ਵਿਰੋਧੀ ਕਹਿੰਦੇ ਆ ਕਿ ਜਦੋਂ ਤਾਂ ਇਹਨਾਂ ਨੇ ਕਿਤੇ ਸਰਦਾਰਾਂ ਦੇ ਜਾਂ ਸਿੱਖਾਂ ਦੇ ਵਿੱਚ ਪ੍ਰੋਗਰਾਮ 'ਤੇ ਜਾਣਾ ਹੁੰਦਾ ਤਾਂ ਪੱਗ ਬੰਨ ਲੈਂਦੇ ਆ, ਅਤੇ ਜਦੋਂ ਕਿਤੇ ਹਿੰਦੂ ਖੇਤਰ ਜਾਣਾ ਹੁੰਦਾ ਤਾਂ ਇਹ ਟੋਪੀ ਪਾ ਲੈਂਦੇ ਆ, ਕੀ ਕਹੋਗੇ? ਅੱਛਾ ਗੱਲ ਇੱਦਾਂ, ਦੇਖੋ ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ, ਮੈਂ ਕਦੀ ਪੱਗ ਬੰਨ ਲੈਂਦਾ, ਕਦੀ ਮੈਂ ਪੱਗ ਤੋਂ ਬਿਨਾਂ ਹੁੰਦਾ, ਕਦੀ ਪੱਗ ਬੰਨ ਲੈਂਦਾ, ਕਦੀ ਪੱਗ, ਹੁਣ ਸਰਦੀ ਹੈ ਨਾ, ਮੈਂ ਕਦੀ ਪੱਗ ਬੰਨ ਲੈਂਦਾ, ਕਦੀ ਮੈਂ ਪੱਗ ਤੋਂ ਬਿਨਾਂ ਹੁੰਦਾ, ਕਦੀ ਪੱਗ ਬੰਨ ਲੈਂਦਾ, ਮੈਂ ਹੈਗਾ ਫੱਕਰ ਬੰਦਾ, ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ। ਵਿਰੋਧੀਆਂ ਕੋਲ ਕੁਛ ਹੈ ਨਹੀਂ ਯਾਰ, ਵਿਰੋਧੀਆਂ ਕੋਲ ਮੇਰੇ ਖਿਲਾਫ਼ ਬੋਲਣ ਨੂੰ ਕੁਛ ਨਹੀਂ ਹੈਗਾ। ਹੈਲੋ ਹੈਲੋ, ਪਹਿਲਾਂ ਪੁੱਛਿਆ ਨਾ ਕਰੋ ਪ੍ਰੈਸ ਵਾਲਿਆਂ ਨੂੰ ਕਿ ਕੀ ਪੁੱਛਣਾ, ਪ੍ਰੈਸ ਵਾਲਿਆਂ ਦੇ ਜਵਾਬ ਖੁੱਲ੍ਹ ਕੇ ਦਿਆ ਕਰੋ। ਇੱਥੇ ਮੈਨੂੰ ਇੱਕ ਬਿਲਕੁਲ ਪ੍ਰੈਸ ਵਾਲਾ ਆਇਆ, ਕਹਿੰਦਾ ਜੀ ਫਲਾਣੇ ਬੰਦੇ ਕੋਲ ਗਈ, ਕਹਿੰਦਾ ਪਹਿਲਾਂ ਲਿਸਟ ਦੱਸ ਕੋਈ ਜਵਾਬ ਸਵਾਲ ਪੁੱਛਣੇ ਕਿਹੜੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਪ੍ਰੀਤ ਅਤੇ ਤੁਹਾਡਾ ਸਭ ਦਾ ਸਵਾਗਤ ਹੈ ਕੌਣ ਬਣੇਗਾ MLA ਪ੍ਰੋਗਰਾਮ ਵਿੱਚ। ਅੱਜ ਅਸੀਂ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼੍ਰੀ ਗੁਰੂ ਧਿਆਨ ਸਿੰਘ ਮੁਲਤਾਨੀ ਜੀ ਨਾਲ ਮੁਲਾਕਾਤ ਕਰਾਂਗੇ, ਜਿਨ੍ਹਾਂ ਦੇ ਕੋਲ ਪੰਜਾਬ ਦੇ ਜਿਹੜੇ ਚੱਲ ਰਹੇ ਮੁੱਦੇ ਆ, ਉਹਨਾਂ ਦੀ ਜ਼ਿੰਦਗੀ ਬਾਰੇ ਅਤੇ ਹੋਰ ਵੀ ਜਿਹੜੇ ਮੁਕੇਰੀਆਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ, ਦੇਖਣ ਵਾਲਿਆਂ ਨੂੰ ਮੇਰੇ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ। ਕਿਹੋ ਜਿਹਾ ਚੱਲ ਰਿਹਾ ਚੋਣ ਪ੍ਰਚਾਰ? ਬਹੁਤ ਵਧੀਆ ਚੱਲ ਰਿਹਾ, ਲੋਕਾਂ ਦਾ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ, ਜਿੱਧਰ ਜਾਂਦੇ ਹਾਂ ਲੋਕ ਆਪ ਮੁਹਾਰੇ ਸਾਡੇ ਨਾਲ ਜੁੜ ਰਹੇ ਨੇ, ਲੋਕਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਆਮ ਆਦਮੀ ਪਾਰਟੀ ਵਿੱਚ। ਇੱਕ ਸਵਾਲ ਪੁੱਛਣਾ ਸੀਗਾ ਕਿ ਤੁਸੀਂ ਪੱਠੇ ਵੱਢ ਲੈਂਦੇ ਹੋ, ਧਾਰਾਂ 'ਚੋਂ ਲੈਂਦੇ ਹੋ? ਕਿਉਂਕਿ ਪਿਛਲੀ ਜਿਹੜੀ ਰਾਜਨੀਤੀ ਦੇਖੀ ਜਾਵੇ ਇਹਦੇ ਵਿੱਚ ਮੁੱਦਾ ਕਾਫ਼ੀ ਜਿਹੜਾ ਭਖਿਆ ਹੋਇਆ ਸੀਗਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਕਿ ਮੈਂ ਸਾਰਾ ਕੁਛ ਕਰ ਲੈਂਦਾ, ਕਿ ਤੁਸੀਂ ਸਾਰਾ ਕੁਛ ਕਰ ਲੈਂਦੇ ਹੋ? ਦੇਖੋ ਸਾਰਾ ਕੁਛ ਕਰਨ ਦੀ ਗੱਲ ਨਹੀਂ ਹੈ, ਮੇਰੇ ਹਿਸਾਬ ਨਾਲ ਜਿਹੜੇ ਬੰਦੇ ਨੂੰ ਜਿਹੜੀ ਜੋਬ ਲਈ ਰੱਖਿਆ ਜਾਵੇ ਉਹਨੂੰ ਉਹ ਜੋਬ ਕਰਨੀ ਚਾਹੀਦੀ ਹੈ। ਜਦੋਂ ਪੱਠੇ ਵੱਢਣ ਦਾ ਟਾਈਮ ਸੀ ਮੈਂ ਪੱਠੇ ਵੱਢ ਲੈਂਦਾ ਸੀ, ਧਾਰਾਂ 'ਚੋਂ ਦਾ ਟਾਈਮ ਸੀ ਧਾਰਾਂ ਵਿੱਚ ਉਲਾਉਂਦਾ ਸੀ, ਟਰੈਕਟਰ ਚਲਾਉਣ ਦਾ ਟਾਈਮ ਸੀ ਟਰੈਕਟਰ ਵੀ ਚਲਾਉਂਦਾ ਸੀ, ਹੁਣ ਮੈਂ ਸਕੂਲ ਚਲਾਉਣਾ ਮੈਨੂੰ ਸਕੂਲ ਚਲਾਉਣਾ ਵੀ ਆਉਂਦਾ। ਕਹਿਣ ਤੋਂ ਭਾਵ ਜਿਹੜੇ ਕੰਮ ਲਈ ਤੁਹਾਡੀ ਡਿਊਟੀ ਲੱਗੀ ਹੁੰਦੀ ਸਾਨੂੰ ਉਹ ਕੰਮ ਕਰਨਾ ਚਾਹੀਦਾ, ਦੂਜੇ ਪਾਸੇ ਦੀ ਗੱਲ ਕਰਨੀ ਮੇਰਾ ਖਿਆਲ ਹੈ ਠੀਕ ਨਹੀਂ ਹੈਗਾ। ਅੱਜ ਮੈਂ ਕਹੀ ਜਾਵਾਂ ਕਿ ਯਾਰ ਮੈਂ ਤਾਂ ਪਰਾਲੀ ਢੋਂਦਾ ਹੁੰਦਾ ਸੀ ਪੇਪਰ ਮਿਲਣ ਤੋਂ, ਗੱਲ ਜਚਦੀ ਨਹੀਂ, ਮੈਂ ਢੋਂਦਾ ਹੀ ਢੋਂਦਾ ਸੀ, ਹੁਣ ਥੋੜ੍ਹੀ ਟੋਰਿਆ। ਤੁਸੀਂ ਐਜੂਕੇਸ਼ਨ ਲਾਈਨ ਤੋਂ ਰਾਜਨੀਤੀ ਵਿੱਚ ਕਿਵੇਂ ਆ ਗਏ, ਥੋੜ੍ਹਾ ਜਿਹਾ ਆਪਣਾ ਜਿਹੜਾ ਪਰਿਵਾਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ? ਦੇਖੋ ਮੇਰਾ ਪਰਿਵਾਰ ਕੋਈ ਰਾਜਨੀਤਿਕ ਪਰਿਵਾਰ ਹੈ ਨਹੀਂ, ਅਸੀਂ ਕਦੀ ਕਿਸੇ ਤਰ੍ਹਾਂ ਦੀ ਪਾਰਟੀ ਨਾਲ ਕੋਈ ਬਹੁਤੇ ਐਸੋਸੀਏਟ ਨਹੀਂ ਰਹੇ, ਪੜ੍ਹਾਈ ਲਿਖਾਈ ਕਰਨ ਵਾਲੇ ਬੰਦੇ ਸੀ, ਮੁੜ ਕੇ ਕੰਪਿਊਟਰ ਸੈਂਟਰ ਚਲਾਏ, ਕਾਲਜ ਨੌਕਰੀ ਕੀਤੀ, ਸਕੂਲ 'ਚ ਨੌਕਰੀ ਕੀਤੀ, ਕਈ ਕੁਛ ਕੀਤਾ ਜ਼ਿੰਦਗੀ ਵਿੱਚ, ਹੁਣ ਆਪਣੇ ਸਕੂਲ ਚਲਾ ਰਹੇ ਹਾਂ, ਪੈਲਸ ਚਲਾ ਰਹੇ ਹਾਂ। ਪਰ ਅਰਵਿੰਦ ਕੇਜਰੀਵਾਲ ਜੀ ਦੀ ਦਿੱਲੀ ਦਾ ਮਾਡਲ ਦੇਖ ਕੇ, ਉਹਨਾਂ ਦਾ ਵਿਚਾਰ ਦੇਖ ਕੇ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ 2016 'ਚ ਸੋਚਿਆ ਯਾਰ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰੀਏ। ਦਿਲ ਵਿੱਚ ਵੈਸੇ ਔਰ ਵੈਸੇ ਕਰਦੇ ਵੀ ਰਹੀਦਾ ਸੀ ਪਹਿਲਾਂ ਵੀ ਸਮਾਜ ਸੇਵਾ ਜਾਂ ਕਿਸੇ ਗਰੀਬ ਲੜਕੀ ਦੇ ਵਿਆਹ ਵਿੱਚ ਮਦਦ ਜਾਂ ਹੋਰ ਐਵੇਂ ਦੇ ਨਿੱਕੇ ਨਿੱਕੇ ਕੰਮ ਕਰਦੇ ਰਹੇ ਸੀ, ਪਰ ਮੇਰਾ ਮੰਨਣਾ ਵਾ ਕਿ ਤੁਸੀਂ ਇਕੱਲਿਆਂ
बहुत कुछ नहीं कर सकते। जे थोड़े को पावर है प्लस थोड़े को सरकार का तंत्र मंत्र है फिर मेरा ख्याल अगर सेवा करना चाहो तो चंगी तरह ज़्यादा सेवा कर सकते। तुसी विरोधियों के निशाने ते भी रहिंदे हो, पिछले समय में कुछ खबर जी वायरल हुई सी कि तुहाडा लुधियाने बंब धमाके नाल ना जोड़ दिता सी, की कहना चाहोगे, की मसला सी पूरा? हुण विरोधियों को मेरे खिलाफ कोई बोलने को होर तो है नहीं, वो मुंडा जिहड़ा साडे पिंड दा फड़िया मेरे पिंड दा सीगा, हुण मेरे पिंड च सारे मुल्तानी ने, साडे पिंड 80% मुल्तानी परिवार ने ते सारे मेरे भतीजे थोड़ी हो गए। मेरे भतीजा एक अमरीका रहिंदा, एक पिंड अपना बिजनेस करदा, ठीक ना, तो हुण वो किसी ने मीडिया वाले ने जां किसी पोलीटिकल बंदे ने शरारत करा के वो मेरे नाल जोड़िया, पर लेकिन जिहड़े सच हुंदा उहनूं थोड़ी आपां मुकर सकदे। सारे लोगों को पता, पूरे पिंड को पता, पूरे एरिए को पता है कि मेरा भतीजा कौन हैगा ते कौन नहीं। तो विरोधियों कोई होर तक गल लभी नहीं, लभ के पुरानी खबर वायरल कर ही जान कोई गल मेरे मैनू ना, मैं बड़ा स्ट्रेट फॉरवर्ड बंदा, मैं थोड़ा तुम मैं पूछने तो पहला क्या मैं गल पूछना, तुम ये पूछा भी की पूछना है जी। मैं क्या जो मर्जी पूछो जी। मैं जोड़ा भी मीडिया आंता उन्होंने कभी नहीं कहता मेरे को पहले मैं दसो की पूछना, मैं कहना तू जो पूछना पूछ मैं तेरा जवाब दूंगा, क्योंकि मैं है साफ दिल बंदा, जो मेरे दिल में उ मेरी जबान पर है, तो मैं झूठ बोलता नहीं, इस करके मैं याद रखने की लड़ नहीं होंगी भी मैं गुरप्रीत की क्या फलाने चैनल में की क्या, मैंने चेता रखने की लड़ नहीं हैगी, क्योंकि चेता बंदा वह रखता जिन्हें झूठ बोलिया हो, सच बोलना तो फिर झूठ याद रखने की लड़ ही नहीं होंगी, इस करके मैं बड़ा बेबाक होकर बोलता। हूँ तो किसान ने भी अपनी पार्टी बना ली, की लगता तो इस नाल आम आदमी पार्टी नुकसान हो, खास करके मुकेरिया दे? देखो लोकतंत्र आ, लोकतंत्र जो बंदा चाहे इलैक्शन लड़ सकता, जो बंदे चाहन पार्टी बना सकते ने, असी किसी ते भी किंतु परंतु कर ही नहीं सकते, है ना, जिदा भी इच्छा समझदा जो भी समझदा कि साडा विचारधारा अड्डा जां असी कर सकते हैं तो एवरीवन इज़ वेलकम। लोकतंत्र का मतलब की हुंदा, लोकां दा तंत्र है ना, जो मर जो चाहे कोई कर सकता, असी उहदे वास्ते साजिशां वेलकम करते हैं किसानां नूं, अगर वो इलैक्शन लड़ना चाहते तो कोई माड़ी गल नहीं लड़न। प्रोफेसर साहब तुहाडे लई विकास की परिभाषा है, क्योंकि कोई पार्टी आँदी तो हड्डी पार्टी ने ऐलान किया कि असी 1000 रुपया देवे, दूसरी पार्टी आँदी कहती असी 2000 देवे, ये जी फ्री का चक्कर चलिया पे तुहाडे लई तुहानूं की लगता है कि ये सही है? देखो इन तुसी जिदा मर्जी लै लो, अमेरिका इन्ना डिवेलप कंट्री है, ठीक है, उत्थे कोविड के दौरान $1000 $1200 वंडे गए, तुहानूं सारयां नूं पता है, तो उत्थे जाके देख लो उत्थे फूड स्टैंप्स बने जाते, उत्थे अंग्रेजी फूड स्टैंप्स कहें, इतने आप राशन कहने, गल तो बराबर ही है, किहड़े देश तुसी फ्री नहीं देंदे अपनी पब्लिक नूं? देखो गौरमेंट का काम ही हुंदा है कि लोगों का जो टैक्स आ वह खजाने से जाए, दूजा जो गौरमेंट को अपने स्रोत आ अपने सोर्सिज एंड रिसोर्सिज ने उत्थों आमदन जनरेट करे, खजाना भरे, तो खजाना भर के लोगों को सहूलत दे। आम आदमी पार्टी कुछ भी फ्री नहीं दे रही, वो लोगों का ही पैसा है, लोगों का ही पैसा लोगों को वापस कर रहे हैं। दिल्ली असी की कर रहे हैं, पहला खजाना भरया केजरीवाल साहब ने, फिर लोगों को सहूलत देनी, कोई माड़ी गल है? हाँ माड़ी गल की है जे लीडर आप सहूलत लैन, असी वो सहूलत बंद करा के लोगों को सहूलत देने की गल कर रहे हैं तो कि माड़ी गल है? आम आदमी पार्टी जेकर देखा जाए तो दिल्ली मॉडल जरा उदा बड़ा प्रचार कर दी, कि लगता कि पंजाब में भी ये लागू हो जूगा, क्योंकि दिल्ली अलग आ तो दिल्ली भारत की राजधानी है तो पंजाब का जरा सरहदी सूबा है अलग मुद्दे आ। गल मॉडल की नहीं, मॉडल ना तो जो मर्जी दे लो, गल कम की है साढ़े लिए, जिमें देखो जे काम ही कोई नहीं करता मॉडल तो अमरीका मॉडल रख दो ना, वह फर्क पैंदा? मॉडल नू ना देने की मेरे लोड़ नहीं होंगी बाली, लोड़ हैगी है कि मैं तुम्हें एक गल दसदा, पंजाब विच बहुत पैसा जी। जे पंजाब दे एक्साइज डिपार्टमेंट नू रैशनलाइज कर लिया जाए, माइनिंग नू कंट्रोल कर लिया जाए, ट्रांसपोर्ट नू कंट्रोल कर लिया जाए, दफ्तरां नू कंप्यूटरीकरण करके अच्छे तरीके नाल मैनेज कर लिया जाए, दफ्तरां विच रिश्वतखोरी खत्म करती जाए, पंजाब दा खजाना तुहाडे सामने भरूगा। मेरी गल रिकॉर्ड कर रहे हो तुसी, आम आदमी पार्टी आऊगी तुहाडे सामने, सब तो पहला पंजाब दा खजाना भरूगी ते नाल दी नाल लोकां नूं सहूलतां दोगी, उन्हूं मॉडल जिहड़ा मर्जी तुसी कह दो। नौजवानां विच तुसी देखो पंजाब दे विच काफ़ी समस्यावां ने, जिहड़ा पंजाब दा नौजवान आ बाहर नूं अज कल जा रहा है, नशे का मुद्दा आ, होर भी काफ़ी मुद्दे आ, नौजवान कहिंदे सानूं नौकरी देवो असी ये बिजली फ्री जाए तो सब कुछ असी आप कर लाँगे। देखो गल इदां भी नौकरियां भी देंगे, मैं तुहानूं दसदा जे तुसी इंडस्ट्रीलिस्ट नूं, मैं तुहानूं एक एग्जाम्पल दिंदा, जे तुसी इंडस्ट्रीलिस्ट नूं पंजाब विच हैल्प करो
ठीक है, एग्रो बेस्ड इंडस्ट्री पंजाब आप लावे, पंजाब च एग्रो बस आप एग्रीकल्चर स्टेट हाँ तो एग्रो बेस्ड इंडस्ट्री लग सकती है। जे इंडस्ट्री नूं इंप्रूव करांगे, सरकारी अदारियां नूं इंप्रूव करांगे तो नौकरियां अपने आप निकलनगियां। जे असीं सरकारी अदारियां नूं बंद ही करी जाणा है तो नौकरी सरकारी कित्थों निकलनी। ठीक है, हुण तुसीं देखिया हर थां ते पोस्टां खाली है, तो पोस्टां खाली ने भरदे नहीं, भरदे क्यों नहीं, क्योंकि खजाना खाली है। खजाना क्यों खाली है, क्योंकि खजाना ये लोग भरन नहीं देंदे। जिहड़ा पैसा इन्हां दे घरां च जा रहा, लीडरां दे घरां च जा रहा, ठेकेदारां दे घरां च जा रहा, जां कह लो अफसरां दे करप्ट अफसरां दे घरां च जा रहा, वह सारा डाइवर्ट करके उहनूं असीं खजाने च खड़ना, तो फिर हर एक सहूलत मिलनी। जेकर मुकेरियां विधानसभा हल्के की गल की जाए, तुसीं लोकां विच घूमदे हो, की लोकां दीआं मुख समस्यावां ने, की ने मुख मुद्दे, की ने मुकेरियां दे? देखो डिवेलपमेंट जिवें तुसीं अगे गल माड़ी जी कीती सी, अगे डिवेलपमेंट का मतलब मेरे हिसाब नाल हैगा चंगे स्कूल जी, चंगे सेहत सुविधा, चंगा इंफ्रास्ट्रक्चर। ये नहीं हैगा एक बारी गली पुट ली, तार पाती, उच्ची करती, फिर नीवी कर ली, फिर नाली नीवी होगी, फिर गली उच्ची करती। गलियां नालियां छड के वह भी ठीक करन दी लोड़, मैं नहीं कहिंदा वह भी लोड़ हैगी, पर उहदे नाल दी नाल जिहड़ा इंफ्रास्ट्रक्चर, बेसिक इंफ्रास्ट्रक्चर है, प्लस तुहाडे जिहड़ा बाकी लोकां दी रिक्वायरमेंट्स ने, जिवें बहुत वधिया हॉस्पिटल होने चाहिए ने, सेहत सुविधा होनी चाहिए वधिया, अच्छे गवर्नमेंट स्कूल होने चाहिए जिथे लोगों के बच्चे फ्री पढ़ सकन। और ये चीज़ा ता हो सकती हैं, मैं समझदा जे थोड़ी जिहड़ी सरकार आ वह ईमानदार होवे। फ्री एजुकेशन की गल की, तुसी आप खुद दो स्कूल चला रहे हो एजुकेशन की लाइन में, तो लगता कि जिहड़ी एजुकेशन है इसनों किस तरह सुधारिया जा सकता है? देखो जदों तुसी किसी भी डिवेलप कंट्री की गल कर लो, तुसी अमरीका की गल कर लो, कनेडा की गल कर लो, जर्मनी की गल कर लो, उत्थे भी स्कूल दो तरह के आ। एक उत्थे पब्लिक स्कूल कहिंदे ने, जिहड़े गवर्नमेंट दे स्कूल उहनूं पब्लिक कहिंदे ने, दूजे नूं प्राइवेट स्कूल कहिंदे ने। ठीक है, हुण मेरा कॉन्सैप्ट यह है कि गवर्नमेंट स्कूल थोड़े प्राइवेट स्कूल के बराबर होने चाहिए ने। ठीक है, उहदे बाद लोकां दी मर्जी उह जिथे मर्जी पढ़ाउण, कोई भी किसी कंपेल नहीं कर सकता तू प्राइवेट स्कूल जा तू गवर्नमेंट स्कूल जा, यह नहीं कोई कह सकता, हर एक का अपना अपना फंडामेंटल राइट हो जिथे मर्जी भेजे। लेकिन मेरा अपना मनना वा कि गवर्नमेंट स्कूल बहुत वधिया होने चाहिए ने, तो जिहड़ा उहदे बाद डिसीजन लोगों का कि उन्हें प्राइवेट पढ़ाना है कि गवर्नमेंट। अमरीका में गवर्नमेंट स्कूल भी ने, तो अमरीका बहुत हाईली पेड प्राइवेट स्कूल भी ने। एजुकेशन की गल चलती सी तो साढ़े जिहड़े मुकेरियां हल्के लिए बड़े लंबे समय तो मंग है एक सरकारी कॉलेज की, इत्थे एजुकेशन लिए कोई भी सरकारी कॉलेज नहीं, जिहड़े पढ़ाई वास्ते बच्चों जां तां टांडे कॉलेज जाना पैंदा जां दूर दरेडे दे खेतरां विच जाना पैंदा। की तुहाडी जदों सरकार बनदी जां तुसीं जितदे आ, की तुहाडे जिहड़े मुकेरियां लिए मुख मुद्दे होणगे? देखो इदा कि साड़ी ना जो सरकार बनूगी असी एजुकेशन पॉलिसी पूरी नू रिवाइव करांगे, रिवाइज करांगे, और पूरे मुकेरियां वास्ते नहीं पूरे पंजाब वास्ते होगी। मैं तुम्हें पहले ही कह रहा साड़ी प्रायोरिटी रहेगी, थोड़े सामने सरकार बननी है, थोड़े सामने प्रायोरिटी होनी है। साड़ी प्रायोरिटी पैसे खाना नहीं रहेगी, साड़ी प्रायोरिटी खड्डां च हिस्सा पाना नहीं रहेगी। असी सानू यह कहें दूजिया पार्टी इनएक्सपीरियंस तो, असी इनएक्सपीरियंस नहीं है, असी बहुत एक्सपीरियंस हाँ, असी इनएक्सपीरियंस हाँ, खड्डां च हिस्सा पाने असी इनएक्सपीरियंस है, बसा च हिस्सा पाने सा एक्सपीरियंस नहीं है, ठेकियां हिस्से किमें पाई देने सानू नहीं आता, रिश्वत किमें खाई दी सानू नहीं आता, पर सानू चंगे स्कूल बनाने आते हैं, सानू चंगे हस्पताल बनाने आते हैं, सानू इंप्लायमेंट जनरेट करनी आती है। इंप्लायमेंट देना कोई अखर नहीं होंदा। जे तुसी मैं दसो, जे तुसी किसी इंडस्ट्रीलिस्ट नू कहने हो कि पंजाब विच इंडस्ट्री ला, वह क्यों लावे? वो इस करके लावे नाले तो 1,000 करोड़ रुपया खर्चे, नाले इन्हां नूं रिश्वत दे, नाले इन्हां दे मगर मगर घूमे, नाले इन्हां दे तलवे चट्टे, नाले इन्हां नूं कमीशन दे, क्यों वो लावे? उन्हूं की लोड़ है? तो जे तुहाडी सरकार एवें दी होवे भी आओ यार तुसीं 1,000 करोड़ खर्चो, असी तुहानू एक विंडो ते सब कुछ करा के दिंदे आ, ते जे तुहाडे कोल पैसा मंगदा ते असी जुम्मावार। एवें दी सरकार होगी तुहाडे सामने इंडस्ट्री लगेगी, इंडस्ट्रीलिस्ट खुश होकर इंडस्ट्री लाउणगे, जिहदे नाल इंप्लायमेंट जनरेट होएगी, लोगों के मुंडियां नूं कुड़ियां नूं रोजगार मिलेगा, नाले रेवन्यू जनरेट होएगा, नाले टैक्स वधेगा। वो करेगा कौन? करेगा पता कौन? जिहड़ी सरकार ईमानदार होएगी। हो सकता है जे तुसी हुण लुधियाणे किसी इंडस्ट्रीज़ नूं कहो भी मकेरियां इंडस्ट्री ला, वो कहेगा मुल्तानी साहब इत्थे इंडस्ट्री कोई लावां पहलां तुसी पैसे मंगणे आ, मतलब लीडरां ने पैसे मंगणे आ, समझ गए मेरी गल? ते जे तुहाडी सरकार हैल्पफुल होएगी ते NRI पंजाब विच बहुत प्यार, NRI बहुत ने पंजाब विच, और तुसी जानदे हो अपने एरिए च पूरे पंजाब च ही लै लो हुण तां, और वो इनवैसट करन नूं भी तैयार ने, वो इत्थे आ के
सब कुछ करन नूं तैयार ने पंजाब वास्ते, बहुत लोग प्यार करते हैं, पर वो क्यों आण, कोई कारण तो होवे ना। जे उन्होंने आके इन्हां लीडरां दे नूं उल्टे पैसे देने है, वो कहिंदे उत्थे ही चंगे, इत्थे आके की करना। जेकर विकास दे मुद्दे नूं देखिया जावे तां मकेरियां दा विकास जिहड़ी मौजूदा विधायक कह रहे कि मैं जिहड़ा मकेरियां दा जिहड़ा इस बार विकास कीता है, इस नूं मकेरियां नूं इक नवें स्तर ते लै गईआं, की कहोगे इस बारे? तुसीं आप देख लो, मेरे चल पो, मैं दिखा दिना जिहड़ी मर्जी सड़क ते चल जाओ, विकास दिखा दिंदे तुहानूं। तुसीं सड़कां ते चल जाओ, स्कूल जाके देख लो, हस्पताल देख लो, किहनूं विकास कहिंदे हो तुसीं? तुसीं दस दो वी, इक नाली उच्ची करती नूं विकास हो जांदा? ਇੱਦਾਂ ਨਹੀਂ ਹੈਗਾ। ਇਹ ਚਲੋ ਉਹਨਾਂ ਨੇ ਮੈਡਮ ਨੇ ਕਹਿਣਾ ਹੀ, ਉਹ ਆਪਾਂ ਨੂੰ ਉਹਨੂੰ ਕੁਛ ਨਹੀਂ ਕਹਿੰਦੇ, ਹਰ ਇੱਕ ਨੇ ਆਪਣੀ ਗੱਲ ਕਰਨੀ ਹੈ, ਹਰ ਇੱਕ ਨੂੰ ਹੱਕ ਵੀ ਹੈ। ਬਾਕੀ ਵਿਕਾਸ ਕਿੰਨਾ ਹੋਇਆ ਜਨਤਾ ਨੂੰ ਪੁੱਛ ਲਓ, ਜਾਂ ਤੁਸੀਂ ਸੜਕ ਕਿਤੇ ਚੱਲ ਜਾਓ ਦੇਖ ਲਓ ਵੀ ਸੜਕ ਕਿੱਡੀ ਕੁ ਵਧੀਆ ਹੈ, ਜਾਂ ਸਕੂਲ ਕਿਤੇ ਚੱਲ ਜਾਓ, ਚਲੋ ਕਿਸੇ ਵੀ ਗੌਰਮੈਂਟ ਸਕੂਲ ਵਾਲਿਆਂ ਨੂੰ ਦਿਖਾਉਣਾ ਵੀ ਕਿੰਨਾ ਵਿਕਾਸ ਹੈ। ਹਸਪਤਾਲ ਚੱਲ ਜਾਓ ਦੇਖ ਲਓ ਲੋਕਾਂ ਨੂੰ ਕਿੰਨੀ ਕੁ ਦਵਾਈ ਮਿਲ ਰਹੀ ਉੱਥੇ, ਕਿੰਨਾ ਕੁ ਵਿਕਾਸ ਹੈ। ਤੁਸੀਂ ਵਿਕਾਸ ਕਿਹਨੂੰ ਕਹਿੰਦੇ ਹੋ? ਕਿੰਨੀ ਕੁ ਇੰਡਸਟਰੀ ਲੱਗ ਗਈ ਮਕੇਰੀਆਂ ਵਿੱਚ, ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਮਕੇਰੀਆਂ ਵਿੱਚ? ਸੋ ਪਰਿਭਾਸ਼ਾ ਅੱਡ ਹੈ। ਇੱਕ ਆਖਰੀ ਸਵਾਲ, ਕਿ ਇੱਕ ਤੁਹਾਡੇ ਬਾਰੇ ਨਾ ਅਫਵਾਹ ਬਹੁਤ ਫੈਲਦੀ ਆ, ਕਹਿੰਦੇ ਜਿਹੜੇ ਵਿਰੋਧੀ ਕਹਿੰਦੇ ਆ ਕਿ ਜਦੋਂ ਤਾਂ ਇਹਨਾਂ ਨੇ ਕਿਤੇ ਸਰਦਾਰਾਂ ਦੇ ਜਾਂ ਸਿੱਖਾਂ ਦੇ ਵਿੱਚ ਪ੍ਰੋਗਰਾਮ 'ਤੇ ਜਾਣਾ ਹੁੰਦਾ ਅਤੇ ਪੱਗ ਬੰਨ ਲੈਂਦੇ ਆ, ਅਤੇ ਜਦੋਂ ਕਿਤੇ ਹਿੰਦੂ ਖੇਤਰ ਜਾਣਾ ਹੁੰਦਾ ਤਾਂ ਇਹ ਟੋਪੀ ਪਾ ਲੈਂਦੇ ਆ, ਕੀ ਕਹੋਗੇ ਇਸ ਬਾਰੇ? ਅੱਛਾ, ਗੱਲ ਇੱਦਾਂ, ਦੇਖੋ ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ ਜੀ, ਮੈਂ ਸਿੱਖਾਂ ਪੱਗ ਬੰਨਦਾ, ਮੈਂ ਨੌਵੀਂ 'ਚ ਵਾਲ ਕੱਟੇ ਸੀ ਅਤੇ ਉਦੋਂ ਬਾਅਦ ਸਾਰੀ ਜ਼ਿੰਦਗੀ ਲੰਘ ਗਈ। ਮੈਂ ਕਦੀ ਪੱਗ ਬੰਨ ਲੈਂਦਾ, ਕਦੀ ਮੈਂ ਪੱਗ ਤੋਂ ਬਿਨਾਂ ਹੁੰਦਾ, ਕਦੀ ਪੱਗ ਬੰਨ ਲੈਣਾ, ਕਦੀ ਪੱਗ। ਹੁਣ ਸਰਦੀ ਹੈ ਨਾ, ਮੈਨੂੰ ਤੁਸੀਂ ਪਿਛਲੇ 3 ਮਹੀਨੇ 'ਚ ਦਿਖਾ ਦਿਓ ਮੈਂ ਕਿਤੇ ਵੀ ਪੱਗ ਲਾਈ ਹੋਵੇ। ਚੋਣਾਂ ਦਾ ਟਾਈਮ ਆ, ਚੋਣਾਂ ਦੀ ਗੱਲ ਨਹੀਂ ਹੈ, ਮੈਂ ਚੋਣਾਂ ਦੀ ਗੱਲ ਨਹੀਂ, ਚੋਣਾਂ ਤੋਂ ਪਹਿਲਾਂ ਵੀ ਜਿਹੜੇ ਮੈਨੂੰ ਜਾਣਦੇ ਆ, ਮੇਰੀਆਂ ਫੋਟੋਆਂ ਦੇਖ ਲਓ, ਜਦੋਂ ਮੇਰੇ ਫੇਸਬੁੱਕ ਦੇਖ ਲਓ, ਪਿਛਲੇ 10 ਸਾਲ 5 ਸਾਲ ਤੋਂ ਦੇਖ ਲਓ, ਮੈਂ ਹੈਗਾ ਫੱਕਰ ਬੰਦਾ। ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ, ਠੀਕ ਹੈ ਨਾ, ਮੇਰਾ ਨਾ ਇਹ ਸੁਭਾਅ ਉਹ ਹੈ, ਨਾ ਮੈਂ ਗੱਲਾਂ ਨੂੰ ਮੰਨਦਾ, ਨਾ ਮੈਂ ਇਹ ਕੋਈ ਪਤਾ ਮਿਲੀ, ਮੈਨੂੰ ਐਜ਼ ਏ ਇਨਸਾਨ ਦੇਖਣਾ ਚਾਹੀਦਾ। ਵਿਰੋਧੀਆਂ ਕੋਲ ਕੁਛ ਹੈ ਨਹੀਂ ਯਾਰ, ਵਿਰੋਧੀਆਂ ਕੋਲ ਮੇਰੇ ਖਿਲਾਫ਼ ਬੋਲਣ ਨੂੰ ਕੁਛ ਨਹੀਂ ਹੈਗਾ। ਮੈਂ ਤੁਹਾਡੇ ਚੈਨਲ ਦੇ ਜਦੋਂ ਜ਼ਰੀਏ ਮੈਂ ਗੱਲ ਕਰ ਹੀ ਦੇਵਾਂ, ਮੈਂ ਨਾ ਹੁਣ ਇੱਕ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਬਾਕੀ ਮੀਡੀਆ 'ਚ ਵੀ ਕਹੂੰਗਾ, ਇੱਕ ਡਿਬੇਟ ਕਰਾਓ ਜੀ, ਮਕੇਰੀਆਂ ਦੇ ਸਾਰੇ ਲੀਡਰ ਖੜੇ ਕਰੋ ਇਕੱਠੇ, ਕੋਸ਼ਿਸ਼ ਕਰ ਰਹੇ ਹਾਂ। ਮੈਂ ਸਾਰਿਆਂ ਨੂੰ ਤੁਹਾਨੂੰ ਰਿਕੁਐਸਟ ਕਰਦਾ, ਮੀਡੀਆ ਵਾਲਿਆਂ ਨੂੰ ਇੱਕ ਲਾਈਵ ਡਿਬੇਟ ਕਰਾਓ, ਉੱਥੇ ਸਾਰੇ ਬੁਲਾਓ, ਠੀਕ ਹੈ, ਮੈਂ ਵੀ ਆਊਂਗਾ ਅਤੇ ਆਪਾਂ ਜਵਾਬ ਸਵਾਲ ਕਰੀਏ, ਡਿਬੇਟ ਕਰਾਓ, ਵਧੀਆ ਜਿਹਾ ਹੈਲਦੀ ਜਿਹਾ ਡਿਬੇਟ ਕਰਾਓ, ਠੀਕ ਹੈ ਨਾ, ਜਿੱਥੇ ਸਭ ਨੂੰ ਪਤਾ ਲੱਗੇ ਵੀ ਕੌਣ ਕੀ ਕਰਨਾ ਚਾਹੁੰਦਾ ਔਰ ਕੌਣ ਕੀ। ਇਹ ਗੱਲਾਂ ਜਿਹੜੀਆਂ ਪਰਸਨਲ ਲਾਈਫ 'ਤੇ ਵੀ, ਉਹ ਪੱਗ ਬਣਦਾ, ਉਹ ਟੋਪੀ ਪਾਉਂਦਾ, ਇਹ ਗੱਲਾਂ ਹੁੰਦੀਆਂ ਮਾੜੀ ਰਾਜਨੀਤੀ ਦੀਆਂ, ਠੀਕ ਹੈ ਨਾ, ਉਹ ਮੇਰੀ ਆਪਣੀ ਗੁੱਡ ਵਿਲ, ਮੇਰੀ ਆਪਣੀ ਵਿਸ਼ ਹੈਗੀ ਹੈ, ਔਰ ਇੱਦਾਂ ਨਹੀਂ ਹੈਗਾ ਕਿ ਮੈਂ ਮੋਨਿਆਂ 'ਚ ਜਾਂਦਾ ਅਤੇ ਲਾਹ ਦਿੰਦਾ, ਤਾਂ ਇੱਦਾਂ ਕੋਈ ਗੱਲ ਨਹੀਂ ਹੈਗੀ। ਮੈਂ ਤਾਂ ਅੱਜ ਹੁਣ ਮੈਂ ਜਾ ਰਿਹਾ ਉੱਪਰਲੇ ਪਿੰਡਾਂ ਸਾਰੇ ਮੀਟਿੰਗ, ਮੈਂ ਇੱਦਾਂ ਹੀ ਜਾਂਦਾ ਉੱਥੇ, ਵੈਸੇ ਇਹ ਗੱਲਾਂ ਲੋਕ ਕਰਦੇ ਨਹੀਂ ਹੈਗੇ, ਇਹ ਗੱਲਾਂ ਗੁਰਪ੍ਰੀਤ ਜੀ ਮੇਰੇ ਮੁਤਾਬਕ ਲੀਡਰ ਹੀ ਕਰਦੇ ਨੇ, ਲੋਕਾਂ 'ਚ ਇਹਦੀ ਗੱਲ ਕੋਈ ਨਹੀਂ ਹੁੰਦੀ। ਮੈਂ ਲੋਕਾਂ 'ਚ ਰੋਜ਼ ਵਿਚਰਦਾ, ਨਾ ਲੋਕ ਇਹਨਾਂ ਗੱਲਾਂ ਨੂੰ ਕੋਈ ਪੁੱਛਦੇ ਨੇ, ਨਾ ਕੋਈ ਗੱਲ ਕਰਦੇ ਨੇ, ਇਹ ਲੀਡਰਾਂ ਦੀਆਂ, ਕਿਉਂਕਿ ਲੀਡਰਾਂ ਕੋਲ ਜਿਹੜੇ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਨਾ, ਅਸੀਂ ਪੰਜਾਬ 'ਚ ਬਦਲਣ ਕੀ ਆਏ ਹਾਂ, ਅਸੀਂ ਪੰਜਾਬ ਵਿੱਚ ਟ੍ਰੈਡੀਸ਼ਨਲ ਲੀਡਰਸ਼ਿਪ ਦੀ ਕਾਨਸੈਪਟ ਬਦਲਣ ਆਏ ਹਾਂ। ਜਦੋਂ ਆਪਾਂ ਕਹਿੰਦੇ ਨਾ ਅਸੀਂ ਸਿਆਸਤ ਬਦਲਾਂਗੇ, ਉਹ ਕੀ ਹੈ, ਉਹ 'ਚ ਐਂ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਇਹ ਕਰਦੇ। ਮੁਲਤਾਨੀ ਜੀ, ਤੁਹਾਡੇ ਲਈ ਕੋਈ ਮੁਕੇਰੀਆਂ ਦੇ ਲਈ ਖਾਸ ਕੋਈ ਪ੍ਰੋਜੈਕਟ ਹੈ, ਕੋਈ ਵਿਕਾਸ ਦਾ ਕੋਈ ਮਾਡਲ ਹੈ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਕਿ ਮੁਕੇਰੀਆਂ ਲਈ ਕੀ ਕੀ ਪ੍ਰੋਜੈਕਟ ਕਰੋਗੇ ਜਾਂ ਮੁਕੇਰੀਆਂ ਦਾ ਵਿਕਾਸ ਕਿਸ ਤਰ੍ਹਾਂ ਕਰੋਗੇ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਅੱਗੇ ਵੀ ਕਹਿ ਹਟਿਆ, ਸਾਡਾ ਸਰਕਾਰ ਬਣੂਗੀ, ਮੈਨੂੰ ਨਾ ਐਵੇਂ ਗੱਪਾਂ ਮਾਰਨ ਦੀ ਆਦਤ ਹੈ ਨਹੀਂ, ਮੈਂ ਐਂ ਕਰਦਾਂਗਾ, ਮੈਂ ਉਹ ਕਰਦਾ, ਜਿਵੇਂ ਇਹ ਕਰਦੇ, ਉਹ ਸਾਡੇ ਮੂੰਹ ਨਿਕਲਣੀ ਨਹੀਂ ਗੱਲ। ਅਸੀਂ ਤਾਂ ਇਹ ਕਹਿੰਦੇ ਹਾਂ, ਜਦੋਂ ਸਰਕਾਰ ਬਣੂਗੀ ਪੂਰੇ ਪੰਜਾਬ 'ਚ ਵਧੀਆ ਪੋਲਿਸੀਸ ਬਣਨਗੀਆਂ, ਮਕੇਰੀਆਂ ਵੀ ਵਿੱਚ ਹੀ ਆਉਂਦਾ, ਮਕੇਰੀਆਂ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ। ਜੇ ਅਸੀਂ ਕਹਾਂਗੇ ਪੂਰੇ ਪੰਜਾਬ 'ਚ ਚੰਗੇ ਸਕੂਲ ਬਣਗੇ ਤਾਂ ਮਕੇਰੀਆਂ ਵੀ ਬਣਨਗੇ, ਜੇ ਅਸੀਂ ਕਹਿੰਦੇ ਹਾਂ ਵੀ ਚੰਗੇ ਹਸਪਤਾਲ ਬਣਗੇ ਤਾਂ ਮਕੇਰੀਆਂ ਵੀ ਬਣਨਗੇ, ਜੇ ਅਸੀਂ ਕਹਿੰਦੇ ਹਾਂ ਵੀ ਚੰਗਾ ਇਨਫਰਾਸਟ੍ਰਕਚਰ ਡਿਵੈਲਪ ਹੋਊਗਾ ਤਾਂ ਨੈਚੁਰਲੀ ਮਕੇਰੀਆਂ ਵੀ ਹੋਏਗਾ। ਸੋ ਅਸੀਂ ਗੱਲ ਕਰਦੇ ਹਾਂ ਪੂਰੇ ਪੰਜਾਬ ਦੀ, ਵੇਅਰ ਐਜ਼ ਮਕੇਰੀਆ ਇਜ਼ ਇਨਕਲੂਡਡ ਇਨ ਪੰਜਾਬ, ਮਕੇਰੀਆਂ ਕੋਈ ਵੱਖਰਾ ਤਾਂ ਹੈ ਨਹੀਂ। ਸੋ ਇਸ ਕਰਕੇ ਜਿਹੜੀ ਪੋਲਿਸੀਜ਼ ਬਣਦੀਆਂ, ਜਿਹੜੀ ਨੀਤੀਆਂ ਬਣਨੀਆਂ, ਉਹ ਸਰਕਾਰ ਦੀ ਨੀਅਤ ਦੇ ਮੁਤਾਬਕ ਬਣਦੀਆਂ। ਮੈਂ ਸਮਝਦਾ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਉਂਦੀ ਨਾ ਤਾਂ ਇੱਕ ਸਾਫ਼ ਸੁਥਰੀ ਵਧੀਆ ਨੀਤ ਦੀ ਸਰਕਾਰ ਬਣੂਗੀ। ਕੇਜਰੀਵਾਲ ਸਾਹਿਬ ਦੇ ਚੇਲੇ ਹਾਂ ਅਸੀਂ, ਅਤੇ ਕੇਜਰੀਵਾਲ ਸਾਹਿਬ ਦੇ ਅਸੀਂ ਕਹਿੰਦੇ ਨੇ ਇੱਕ ਮੌਕਾ ਕੇਜਰੀਵਾਲ ਨੂੰ, ਉਹਦਾ ਮਤਲਬ ਗੁਰਪ੍ਰੀਤ ਇਹ ਹੈ ਕਿ ਇੱਕ ਮੌਕਾ ਕੇਜਰੀਵਾਲ ਦੀ ਸੋਚ ਨੂੰ, ਬੰਦੇ ਤਾਂ ਪੰਜਾਬੀ ਆ, ਸੋਚ ਕੇਜਰੀਵਾਲ ਦੀ ਹੈ। ਹੁਣ ਕੇਜਰੀਵਾਲ ਸਾਹਿਬ ਨੇ ਆਪ ਤਾਂ ਉਰੇ ਆਉਣਾ ਨਹੀਂ, ਉਹਨਾਂ ਨੇ ਇਹ ਵੀ ਡਿਕਲੇਅਰ ਕਰਤਾ ਵੀ ਇੱਥੇ ਆਪਣਾ CM ਪਹਿਲਾਂ ਬੜੀ ਖੱਪ ਪਾਈ ਸੀ ਇਹਨਾਂ ਨੇ ਵੀ ਕੇਜਰੀਵਾਲ, ਇਹਨਾਂ ਕੋਲ ਗੱਲ ਕੋਈ ਹੁੰਦੀ ਨਹੀਂ, ਪਹਿਲਾਂ ਇਹਨਾਂ ਨੇ 4 ਮਹੀਨੇ ਖੱਪ ਪਾ ਰੱਖੀ ਵੀ ਕੇਜਰੀਵਾਲ ਆਪ ਬਣਨਾ ਚਾਹੁੰਦਾ ਜੀ ਪੰਜਾਬ 'ਚ CM, ਉਹ ਤਾਂ ਦਿੱਲੀ ਨੂੰ ਕਬਜ਼ਾ ਕਰਨਾ ਚਾਹੁੰਦਾ ਜੀ, ਫਿਰ ਉਹਦੀ ਘਰਵਾਲੀ ਬਣਨਾ ਚਾਹੁੰਦੀ ਜੀ, ਐਵੇਂ ਦੀਆਂ ਊਲ ਫਜੂਲ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ। ਤੁਸੀਂ ਆਪਣੀ ਦੱਸੋ
ਪਬਲਿਕ ਨੂੰ ਇਹ ਦੱਸੋ ਕਿ ਤੁਸੀਂ ਪਿਛਲੇ 72 ਸਾਲ ਕੀ ਕੀਤਾ ਤੁਹਾਡੀਆਂ ਸਰਕਾਰਾਂ ਰਹੀਆਂ। ਪਬਲਿਕ ਨੂੰ ਇਹ ਦੱਸੋ ਜੇ ਕੇਜਰੀਵਾਲ ਸਾਹਿਬ ਦਿੱਲੀ ਦੇ ਸਕੂਲ ਵਧੀਆ ਕਰ ਸਕਦੇ ਨੇ, ਹਸਪਤਾਲ ਵਧੀਆ ਕਰ ਸਕਦੇ ਨੇ, ਉੱਥੇ ਇੰਨੀ ਲੋਕਾਂ ਨੂੰ ਸਹੂਲਤਾਂ ਦੇ ਸਕਦੇ, ਤੁਸੀਂ 72 ਸਾਲਾਂ ਵਿੱਚ ਕਿਉਂ ਨਹੀਂ ਦਿੱਤੀਆਂ? ਇਹਦਾ ਜਵਾਬ ਦਿਓ। ਜਿਹਦਾ ਗੱਲ ਕਰਨ ਵਾਲੀ ਹੈ, ਇਹ ਗੱਲਾਂ ਕਰਨ ਵਾਲੀ ਨਹੀਂ ਹੁੰਦੀਆਂ ਵੀ ਉਹ ਹੁਣ ਸਾਡੀ ਪਾਰਟੀ ਦਾ ਇੰਟਰਨਲ ਮੈਟਰ ਅਸੀਂ ਉਹ ਵੀ ਡਿਕਲੇਅਰ ਕਰਤਾ, ਭਗਵੰਤ ਮਾਨ ਜੀ ਡਿਕਲੇਅਰ ਕਰਤੇ। ਹੁਣ ਮੈਨੂੰ ਕੱਲ੍ਹ ਇੱਕ ਫੋਨ ਆਇਆ ਕਾਂਗਰਸ ਦੀ, ਕਹਿੰਦਾ ਜੀ ਤੁਸੀਂ ਕਿਉਂ ਕਹਿੰਦੇ ਕੇਜਰੀਵਾਲ ਇੱਕ ਮੌਕਾ, ਕਹੋ ਭਗਵੰਤ ਮਾਨ ਨੂੰ ਇੱਕ ਮੌਕਾ। ਮੈਂ ਕਿਹਾ ਯਾਰ ਹੁਣ ਤੁਹਾਡੇ ਨਾਲ ਕਿਹੜਾ ਲੜੇ, ਅਸੀਂ ਕਹਿੰਦੇ ਹਾਂ ਕੇਜਰੀਵਾਲ ਨੂੰ ਇੱਕ ਮੌਕਾ ਦਾ ਮਤਲਬ ਬੜਾ ਕਲੀਅਰ ਹੈ ਕਿ ਕੇਜਰੀਵਾਲ ਦੀ ਸੋਚ ਨੂੰ ਇੱਕ ਮੌਕਾ, ਸਮਝ ਗਏ ਨਾ? ਤੋ ਕੇਜਰੀਵਾਲ ਨੇ ਆਪ ਤੇ ਇੱਥੇ ਆਉਣਾ ਨਹੀਂ, 117 ਕੈਂਡੀਡੇਟ ਪੰਜਾਬੀ ਸਾਡੇ ਭੈਣ ਭਰਾ ਆ, ਇੱਕ ਚੀਫ ਮਿਨਿਸਟਰ ਅਸੀਂ ਡਿਕਲੇਅਰ ਕਰ ਤੱਕ ਭਗਵੰਤ ਮਾਨ ਜੀ ਬਣਨਗੇ, ਇੱਥੇ ਦੇ ਮੁੰਡੇ ਕੁੜੀਆਂ ਕੈਬਨਿਟ ਵਿੱਚ ਹੋਣਗੇ, ਅਸੀਂ ਪੋਲਿਸੀਜ਼ ਬਣਾਵਾਂਗੇ, ਅਸੀਂ ਸਭ ਕੁਝ ਕਰਨਾ। ਸਿਰਫ ਜਿਹੜੀ ਸੋਚ ਔਰ ਜਿਹੜਾ ਵਿਜ਼ਨ ਹੈ, ਇੱਕ ਵਿਜ਼ਨ ਦੇ ਨਾਲ ਚੱਲਦੇ ਨਾ ਆਪਾਂ, ਕੋਈ ਵੀ ਪਾਰਟੀ ਕੋਈ ਵੀ ਸੰਸਥਾ ਦਾ ਇੱਕ ਵਿਜ਼ਨ ਹੁੰਦਾ, ਅਸੀਂ ਜਿਵੇਂ ਆਪਣਾ ਸਕੂਲ ਦਾ ਵਿਜ਼ਨ ਉਹ ਲਿਖਿਆ ਪਿਆ ਸਾਹਮਣੇ, ਉਹ ਵਿਜ਼ਨ ਦੇ ਮੁਤਾਬਕ ਅਸੀਂ ਕੰਮ ਕਰਾਂਗੇ ਤਾਂ ਕਿ ਪੰਜਾਬ ਦਾ ਜਿਹੜਾ ਵਿਕਾਸ ਹੋ ਸਕੇ, ਲੋਕਾਂ ਦੀ ਡਿਵੈਲਪਮੈਂਟ ਹੋ ਸਕੇ। ਸਾਡਾ ਕੇਜਰੀਵਾਲ ਮਾਡਲ ਕਹਿ ਲਓ ਤੁਸੀਂ, ਪੰਜਾਬ ਮਾਡਲ ਨਾ ਜੋ ਮਰਜ਼ੀ ਦੇਈ ਜਾਓ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਲਾਸਟ ਵਾਰ ਮੁਕੇਰੀਆਂ ਦੇ ਹਲਕੇ ਦੇ ਜਿਹੜੇ ਸਾਡੇ ਵੋਟਰ ਆ ਜਾਂ ਲੋਕ, ਉਹਨਾਂ ਨੂੰ ਕੀ ਕੋਈ ਅਪੀਲ ਕਰਨਾ ਚਾਹੋਗੇ? ਮੈਂ ਆਪਣੇ ਸਾਰੇ ਮੁਕੇਰੀਆਂ ਦੇ ਵੋਟਰਸ ਨੂੰ, ਭੈਣ ਭਰਾਵਾਂ ਨੂੰ ਅਪੀਲ ਕਰਦਾ ਕਿ ਤੁਸੀਂ ਪਿਛਲੇ 70-72 ਸਾਲ ਬਾਕੀ ਲੋਕਾਂ ਨੂੰ ਦੇਖ ਲਿਆ, ਟ੍ਰੈਡੀਸ਼ਨਲ ਲੀਡਰਸ਼ਿਪ ਕਾਂਗਰਸ BJP ਅਕਾਲੀ ਦਲ ਜੋ ਕਰਦੇ ਨੇ ਜਾਂ ਜੋ ਕਹਿੰਦੇ ਨੇ ਉਹ ਸਭ ਤੁਸੀਂ ਜਾਣਦੇ ਹੋ। ਤੁਹਾਨੂੰ ਇਸ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ। 5 ਸਾਲ ਕੋਈ ਜ਼ਿਆਦਾ ਟਾਈਮ ਨਹੀਂ ਹੁੰਦਾ, ਜਿੱਥੇ ਤੁਸੀਂ 72 ਸਾਲ ਬਾਕੀਆਂ ਨੂੰ ਚੈੱਕ ਕੀਤਾ, ਇੱਕ ਵਾਰੀ ਕੇਜਰੀਵਾਲ ਦੇ ਬੰਦੇ ਵੀ ਚੈੱਕ ਕਰ ਲੈਣੇ ਚਾਹੀਦੇ ਨੇ, ਨਾਲੇ ਪਤਾ ਲੱਗ ਜੂ ਕਿ ਸਾਡੇ ਤੋਂ ਉਹਨਾਂ 'ਚ ਫਰਕ ਕੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ, ਬੜੇ ਬੇਬਾਕੀ ਨਾਲ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਥੈਂਕ ਯੂ ਜੀ। ਮੈਂ ਤੁਹਾਡੇ ਚੈਨਲ ਜਿਹੜੀ ਬਾਕੀ ਸਾਰਿਆਂ ਨੂੰ ਵੀ ਕਹਿਣਾ ਕਿ ਪਹਿਲਾਂ ਪੁੱਛਿਆ ਨਾ ਕਰੋ ਪ੍ਰੈਸ ਵਾਲਿਆਂ ਨੂੰ ਕਿ ਕੀ ਪੁੱਛਣਾ, ਪ੍ਰੈਸ ਵਾਲਿਆਂ ਦੇ ਜਵਾਬ ਖੁੱਲ੍ਹ ਕੇ ਦਿਆ ਕਰੋ। ਇੱਥੇ ਮੈਨੂੰ ਇੱਕ ਮੇਰੇ ਕੋਲ ਪ੍ਰੈਸ ਵਾਲਾ ਆਇਆ, ਕਹਿੰਦਾ ਜੀ ਫਲਾਣੇ ਬੰਦੇ ਕੋਲ ਗਏ, ਕਹਿੰਦਾ ਪਹਿਲਾਂ ਲਿਸਟ ਦੱਸ ਕੋਈ ਜਵਾਬ ਸਵਾਲ ਪੁੱਛਣੇ ਕਿਹੜੇ ਨੇ, ਅਤੇ ਮੈਂ ਤਾਂ ਲੀਡਰਾਂ ਨੂੰ ਕਹਿੰਦਾ ਵੀ ਸਵਾਲ ਪ੍ਰੈਸ ਵਾਲਿਆਂ ਦੇ ਖੁੱਲ੍ਹ ਕੇ, ਪ੍ਰੈਸ ਸਾਡਾ ਥੰਮ ਆ, ਪ੍ਰੈਸ ਵਾਲਿਆਂ ਦਾ ਪੂਰਾ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ, ਔਰ ਲੀਡਰਾਂ ਨੂੰ ਚਾਹੀਦਾ ਕਿ ਜੋ ਉਹਨਾਂ ਦੇ ਦਿਲ ਵਿੱਚ ਆ ਪ੍ਰੈਸ ਦੇ ਸਾਹਮਣੇ ਬੋਲਣ। ਥੈਂਕ ਯੂ। ਤੁਸੀਂ ਦੇਖ ਰਹੇ ਸੀ ਕੌਣ ਬਣੇਗਾ MLA ਪ੍ਰੋਗਰਾਮ। ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ। ਮੈਂ ਗੁਰਪ੍ਰੀਤ, ਕੈਮਰਾਮੈਨ ਪਰਮਿੰਦਰ ਦੇ ਨਾਲ, ਧੰਨਵਾਦ।